ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਮਾਤ 8ਵੀਂ ਦੇ ਲਈ ਜਿਹੜਾ ਕਿ ਤੁਹਾਡੇ ਹਫ਼ਤਾ 5 ਦੇ ਕੁਝ ਪ੍ਰਸ਼ਨ ਭੇਜਿਆ ਗਏ ਵਿਭਾਗ ਵੱਲੋਂ ਸਮਾਜਿਕ ਵਿਗਿਆਨ ਵਿਸ਼ੇ ਦੇ ਐਨਐਸ ਦੀ ਤਿਆਰੀ ਦੇ ਲਈ ਠੀਕ ਹੈ ਜਿੰਨਾਸਤ ਦਾ ਸਾਡਾ ਟੈਸਟ ਹੋਣ ਜਾ ਰਿਹਾ ਹੈ ਉਹਦੀ ਤਿਆਰੀ ਦੇ ਲਈ ਹਫਤਾ 5 ਦੇ ਸਾਡੇ ਕੋਲ ਪ੍ਰਸ਼ਨ ਆਏਗੇ ਇਹਨਾਂ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਬੇਸ਼ੱਕ ਇਹ ਪ੍ਰਸ਼ਨ ਜਮਾਤ 6ਵੀਂ ਨਾਲ ਰਿਲੇਟਡ ਹੈਗੇ ਪਰ ਇਹਦੇ ਨੇ ਐਲੋਜ਼ ਹੈਗੇ ਉਹ ਤੁਹਾਨੂੰ 8ਵੀਂ ਜਿਹੜੀ ਛਰੇਣੀ ਹੈਗੇ ਉਸ ਦੇ ਨੈਸ ਟੈਸਟ ਦੇ ਵਿੱਚ ਪੁੱਛੇ ਜਾਣਗੇ ਤਾਂ ਉਹ ਸ਼ੁਰੂ ਕਰਦੇ ਆਪਾਂ ਬਿਨਾਂ ਦੇਰ ਕੀਤੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਗਲੋਬ ਧਰਤੀ ਦਾ ਬਿਲਕੁਲ ਸਹੀ ਮਾਡਲ ਹੈ ਅਤੇ ਇੱਕ ਡੈਸ਼ ਮਾਡਲ ਹੈ ਹਾਂ ਜਿਹੜਾ ਗਲੋਬ ਹੈਗਾ ਉਹ ਤਰੀ ਤ੍ਰੈਪਾਸੀ ਹੁੰਦਾ 3 ਡਾਈਮੈਨਸ਼ਨਲ ਠੀਕ ਹੈ ਗਲੋਬ ਧਰਤੀ ਦਾ ਇੱਕ ਮਾਡਲ ਹੈ ਅਤੇ ਇਹ ਇੱਕ ਤ੍ਰੈਪਾਸੀ ਮਾਡਲ ਹੈ 3 ਡਾਈਮੈਨਸ਼ਨਲ ਪ੍ਰਸ਼ਨ ਨੰਬਰ 2 ਹੈ ਆਪਣੇ ਕੋਲ ਇਹ ਇੱਕ ਕਲਪਿਤ ਰੇਖਾ ਹੈ ਜੋ ਧਰਤੀ ਨੂੰ ਦੋ ਸਮਾਨ ਅਰਧ ਭਾਗਾਂ ਵਿੱਚ ਵੰਡਦੀ ਹੈ ਠੀਕ ਹੈ ਜੇ ਮੰਨ ਲਓ ਆਹ ਸਾਡੀ ਧਰਤੀ ਹੈ ਤਾਂ ਇੱਕ ਰੇਖਾ ਹੈਗੀ ਜੋ ਇਸ ਨੂੰ ਦੋ ਸਮਾਨ ਭਾਗਾਂ 'ਚ ਵੰਡਦੀ ਹੈ ਜਿਹੜੀ 0 ਡਿਗਰੀ ਤੇ ਹੈ ਉਸ ਦਾ ਨਾਮ ਹੈ ਸਾਡੇ ਕੋਲ ਭੂਮਦ ਰੇਖਾ ਨੰਬਰ 3 ਪਰਮਿੰਦਰ ਭੂਮਧ ਰੇਖਾ ਤੋਂ 5 ਡਿਗਰੀ ਉੱਤਰ ਤੇ ਰਹਿੰਦਾ ਹੈ ਦੱਸੋ ਉਸ ਦੀ ਰਿਹਾਈਸ਼ ਭੂਮਧ ਰੇਖਾ ਤੋਂ ਕਿੰਨੀ ਦੂਰ ਹੈ ਠੀਕ ਹੈ ਤਾਂ ਹੁਣ ਜੇਕਰ ਸਾਨੂੰ ਪਤਾਗਾ ਵੀ ਜਿਹੜੇ ਅਕਸ਼ਾਂਸ਼ ਹੈਗੇ ਦੋ ਅਕਸ਼ਾਂਸ਼ਾਂ ਦੇ ਵਿੱਚਕਾਰ ਠੀਕ ਹੈ ਕਿੰਨੀ ਦੂਰੀ ਹੁੰਦੀ ਹੈਗੀ 111 ਕਿਲੋਮੀਟਰ ਠੀਕ ਹੈ ਇੱਕ ਅਕਸ਼ਾਂਸ਼ ਤੋਂ ਦੂਜੇ ਅਕਸ਼ਾਂਸ਼ ਤੱਕ 111 ਕਿਲੋਮੀਟਰ ਦੀ ਦੂਰੀ ਹੁੰਦੀ ਹੈ ਫਿਰ ਅਸੀਂ ਕੀ ਕਰਾਂਗੇ 111 ਨੂੰ ਅਸੀਂ 5 ਡਿਗਰੀ ਦੇ ਨਾਲ ਮਲਟੀਪਲਾਈ ਕਰ ਦਾਂਗੇ ਕਿੰਨਾ ਦੇਗਾ ਇਹ 35 550 ਤਾਂ ਇਹਦੇ ਲਈ ਸਾਡੇ ਕੋਲ ਚੌਥਾ ਆਪਸ਼ਨ ਸਹੀ ਹੋ ਜੇਗੀ 555 ਕਿਲੋਮੀਟਰ ਪ੍ਰਸ਼ਨ ਨੰਬਰ 4 ਕਿਸ ਦਿਸ਼ਾ ਹਿਤ ਨਾਲ ਅਸੀਂ ਕਿਸੇ ਸਥਾਨ ਦਾ ਸਥਾਨਿਕ ਸਮਾਂ ਕੱਢ ਸਕਦੇ ਹਾਂ ਹਾਂਜੀ ਸਾਨੂੰ ਕਿਸੇ ਸਥਾਨ ਦੇ ਸਮੇਂ ਨੂੰ ਕੱਢਣ ਦੇ ਲਈ ਕੀ ਪਤਾ ਹੋਣਾ ਚਾਹੀਦਾ ਹੈਗਾ ਦਸ਼ਾਂਤਰ ਰੇਖਾਵਾਂ ਹਾਂ ਜੀ ਪ੍ਰਸ਼ਨ ਨੰਬਰ 5 ਹੈ ਆਪਣੇ ਕੋਲ 0 ਡਿਗਰੀ ਤੋਂ 23.5 ਡਿਗਰੀ ਦੱਖਣ ਵੱਲ ਖਿੱਚੀ ਅਕਸ਼ਾਂਸ਼ ਨੂੰ ਕਿਹੜੀ ਰੇਖਾ ਆਖਦੇ ਹੈ ਠੀਕ ਹੈ ਦੇਖੋ ਇਥੇ ਮੈਂ ਤੁਹਾਨੂੰ ਥੋੜਾ ਜਿਆ ਸਮਝਾ ਦਿਆਂ ਇਹਨੂੰ ਇੱਕ ਵਾਰ ਸਮਝ ਲਓ ਫਿਰ ਸਾਨੂੰ ਬਿਲਕੁਲ ਸੌਖਾ ਲੱਗਣਾ ਦੇਖੋ 0 ਡਿਗਰੀ ਤੇ ਜਿਹੜੀ ਰੇਖ ਹੈਗੀ ਠੀਕ ਹੈ ਉਹ ਮਤਲਬ ਭੂਮਧ ਰੇਖਾ ਧਰਤੀ ਨੂੰ ਦੋ ਗੋਲ ਅਰਧ ਵਿੱਚ ਵੰਡ ਦਿੰਦੀ ਹੈਗੀ ਉੱਪਰ ਇਹਨੂੰ ਅਸੀਂ ਬੋਲਦੇ ਹਾਂ ਉੱਤਰੀ ਗੋਲ ਅਰਧ ਠੀਕ ਹੈ ਤੇ ਹੇਠਾਂ ਵਾਲਾ ਦੱਖਣੀ ਗੋਲਾਰਡ ਇਹਨਾਂ ਦੋਨਾਂ ਦੇ ਵਿੱਚ ਕੁਝ ਰੇਖਾਵਾਂ ਲੱਗਦੀਆਂ ਨੇ ਸਾਡੇ 23 ਡਿਗਰੀ ਉੱਤਰ ਦੇ ਵਿੱਚ ਇੱਕ ਰੇਖਾ ਲੰਗਦੀ ਹੈ ਜਿਹਦਾ ਨਾਮ ਹੈਗਾ ਕਰਕ ਰੇਖਾ ਠੀਕ ਹੈ ਐਵੇਂ ਸਾਡੇ 23 ਡਿਗਰੀ ਦੱਖਣ ਦੇ ਵਿੱਚ ਇੱਕ ਰੇਖਾ ਲੰਗਦੀ ਹੈ ਜਿਹਦਾ ਨਾਮ ਹੈਗਾ ਮਕਰ ਰੇਖਾ ਮਕਰ ਰੇਖਾ ਤਾਂ ਉਹਨਾਂ ਨੇ ਸਾਨੂੰ ਪੁੱਛਿਆ ਸੀ ਦੇਖੋ ਕਹਿੰਦੇ 0 ਡਿਗਰੀ ਤੋਂ ਸਾਡੇ 23 ਡਿਗਰੀ ਦੱਖਣ ਵੱਲ ਖਿੱਚੇ ਇੱਕ ਛਾਂਸ਼ ਨੂੰ ਕਿਹੜੀ ਰੇਖਾ ਕਹਿੰਦੇ ਹੈਗੇ ਅਸੀਂ ਇਹਨੂੰ ਕਿਹੜੀ ਰੇਖਾ ਕਵਾਂਗੇ ਇੱਥੇ ਮਕਰ ਰੇਖਾ ਜਿਸਨ ਉੱਤਰ ਦੇ ਵਿੱਚ ਪੁੱਛਦੇ ਫੇਰ ਅਸੀਂ ਕਰਕ ਰੇਖਾ ਲਾਉਣੀ ਸੀ ਤੇ ਜਿਹੜੀ 0 ਡਿਗਰੀ ਰੇਖਾ ਦੀ ਗੱਲ ਕਰਦੇ ਆ ਉਹ ਸਾਡੇ ਕੋਲ ਭੂਮਦ ਰੇਖ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾਗਾ ਨੰਬਰ 6 ਗਲੋਬ ਉੱਪਰ ਲੰਬਕਾਰਾਂ ਦੀ ਗਿਣਤੀ ਕਿੰਨੀ ਹੈ ਹਾਂਜੀ ਲੰਬਕਾਰ ਜਦ ਦਿਸ਼ਾਂਤਰਾਂ ਦੀ ਗਿਣਤੀ ਕਿੰਨੀ ਹੁੰਦੀ ਹੈਗੀ 360 ਜਿਹੜੇ ਅਕਸ਼ਾਂਸ਼ ਹੈਗੇ ਸਾਡੇ ਕੋਲ ਵਿਧਕਾਰ ਹੈਗੇ ਉਹਨਾਂ ਦੀ ਗਿਣਤੀ 181 ਹੁੰਦੀ ਹੈ 181 ਠੀਕ ਹੈ ਦਿਸ਼ਾਂਤਰ ਜਾਂ ਲੰਬਕਾਰਾਂ ਦੀ ਗਿਣਤੀ 360 ਨੰਬਰ 7 ਠੀਕ ਇੱਕ ਵਾਰ ਮੈਂ ਤੁਹਾਨੂੰ ਬਣਾ ਕੇ ਵੀ ਦਿਖਾ ਦਿਆਂ ਫਿਰ ਤੁਹਾਨੂੰ ਥੋੜਾ ਸੌਖਾ ਰਹੇਗਾ ਕੁਝ ਕੁ ਬੱਚਿਆਂ ਨੂੰ ਤਾਂ ਪਤਾ ਵੀ ਹੋਏਗਾ ਠੀਕ ਹੈ ਆ ਸਾਡੇ ਕੋਲ 0 ਡਿਗਰੀ ਭੂਮਧ ਰੇਖਾ ਗਈ ਜਿਹੜੀਆਂ ਭੂਮਧ ਰੇਖਾ ਦੇ ਸਮਾਨਾਂਤਰ ਰੇਖਾਵਾਂ ਜੰਦੀਆਂ ਨੇ ਉਹਨਾਂ ਨੂੰ ਅਸੀਂ ਬੋਲਦੇ ਹਾਂਗੇ ਅਕਸ਼ਾਂਸ਼ ਠੀਕ ਹੈ ਜੰਨੀ ਵੀ ਰੇਖਾਵਾਂ ਨੇ ਉਹ ਸਾਰੀਆਂ ਅਕਸ਼ਾਂਸ਼ ਨੇ ਤੇ ਕੁਝ ਰੇਖਾਵਾਂ ਨੇ ਜਿਹੜੀਆਂ ਉੱਤਰੀ ਤੇ ਦੱਖਣੀ ਪੋਲ ਦੇ ਉਪਰ ਆ ਕੇ ਮਿਲ ਜਾਂਦੀ ਨੇ ਇਸ ਟਾਈਪ ਦੀਆਂ ਠੀਕ ਹੈ ਦੋਨਾਂ ਤਰਫ ਤਾਂ ਹੁਣ ਜੋ ਸਿੱਧੀਆਂ ਰੇਖਾਵਾਂ ਸੀ ਭੂਮੰਧ ਰੇਖਾ ਦੇ ਸਮਾਨੰਤਰ ਨੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਅਕਸ਼ਾਂਸ਼ ਠੀਕ ਹੈ ਵਿਧਕਾਰ ਜਾਂ ਅਕਸ਼ਾਂਸ਼ ਤੇ ਜੋ ਆ ਉੱਪਰ ਵਾਲੀਆਂ ਲਾਈਨਾਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਆਹ ਵਾਲੀਆਂ ਠੀਕ ਹੈ ਇਹਨਾਂ ਨੂੰ ਅਸੀਂ ਕਹਿੰਦੇ ਹਾਂਗੇ ਲੰਬਕਾਰ ਜਾਂ ਫਿਰ ਦਿਸ਼ਾਂਤ ਤੱਕ ਦਿਸ਼ਾਂਤਾਂ ਦੀ ਗਿਣਤੀ 360 ਹੈ ਤੇ ਅਕਸ਼ਾਂਸ਼ਾਂ ਦੀ ਗਿਣਤੀ 181 ਹੈ ਠੀਕ ਦੇਖੋ ਇੱਕ ਹੋ ਥੋੜੀ ਜੀ ਤੁਹਾਡੇ ਇਥੇ ਸਮਝਣ ਵਾਲੀ ਚੀਜ਼ ਹੈ ਉਹ ਹੈ ਸਾਡੇ ਕੋਲ ਵੀ ਜਿੱਥੇ ਅਕਸ਼ਾਂਸ਼ ਤੇ ਦਿਸ਼ਾਂਤ ਮਿਲ ਗਏ ਠੀਕ ਹੈ ਇੱਕੋ ਤੇ ਬਾਕਸ ਬਣ ਗਏ ਦੇਖੋ ਇਸ ਨੂੰ ਅਸੀਂ ਕਹਿੰਦੇ ਹਾਂ ਗ੍ਰਿਡ ਇਹਨੂੰ ਅਸੀਂ ਕੀ ਕਹਿੰਦੇ ਹਾਂਗੇ ਗ੍ਰਿਡ ਜੀ ਆਰ ਆਈ ਡੀ ਗ੍ਰਿਡ ਚਲੋ ਨੈਕਸਟ ਕੁਐਸਚਨ ਪ੍ਰਸ਼ਨ ਨੰਬਰ 7 ਭੂਮਧ ਰੇਖਾ ਤੋਂ 1 ਡਿਗਰੀ ਅਕਸ਼ਾਂਸ਼ ਦੀ ਦੂਰੀ ਕਿੰਨੀ ਹੈ ਹਾਂਜੀ ਭੂਮਧ ਰੇਖਾ ਤੋਂ 1 ਡਿਗਰੀ ਮੈਂ ਤੁਹਾਨੂੰ ਦੱਸਿਆ ਸੀ ਵੀ 0 ਡਿਗਰੀ ਤੋਂ ਜੇਕਰ ਅਸੀਂ 1 ਡਿਗਰੀ ਉੱਪਰ ਜਾਣਾ ਹੋਵੇ ਤਾਂ ਇੱਕ ਅਕਸ਼ਾਂਸ਼ ਦੇ ਵਿਚਕਾਰ ਕਿੰਨੀ ਦੂਰੀ ਹੁੰਦੀ ਹੈ ਕਿ 111 ਕਿਲੋਮੀਟਰ ਠੀਕ ਹੈ ਜਿਵੇਂ ਜਿਵੇਂ ਅਸੀਂ ਭੂਮਧ ਰੇਖਾ ਤੋਂ ਦੂਰ ਜਾਵਾਂਗੇ 2 ਡਿਗਰੀ ਗਏ ਠੀਕ ਹੈ ਤਾਂ 111 ਨੂੰ ਅਸੀਂ 2 ਨਾਲ ਮਲਟੀਪਲਾਈ ਕਰ ਦਾਂਗੇ 5 ਡਿਗਰੀ ਗਏ ਤਾਂ 111 ਨੂੰ 5 ਨਾਲ ਮਲਟੀਪਲਾਈ ਕਰ ਦਾਂਗੇ ਠੀਕ ਹੈ ਮਤਲਬ 2 ਅਕਸ਼ਾਂਸ਼ਾਂ ਦੇ ਵਿਚਕਾਰ 111 ਕਿਲੋਮੀਟਰ ਦੀ ਦੂਰੀ ਹੁੰਦੀ ਹੈ। ਪ੍ਰਸ਼ਨ ਨੰਬਰ 8 ਆਸਟ੍ਰੇਲੀਆ ਦੇ ਵਿਚਕਾਰੋਂ ਕਿਹੜੀ ਅਕਸ਼ਾਂਸ਼ ਰੇਖਾ ਗੁਜ਼ਰਦੀ ਹੈ? ਹਾਂਜੀ ਆਸਟ੍ਰੇਲੀਆ ਦੇ ਵਿਚਕਾਰੋਂ ਮਕਰ ਰੇਖਾ ਗੁਜ਼ਰਦੀ ਹੈ। ਪ੍ਰਸ਼ਨ ਨੰਬਰ 9 ਪੂਰਬ ਵੱਲ ਦੇ ਦਿਸ਼ਾਂਤਰਾ ਦੇ ਨਾਲ ਡੈਸ਼ ਲਿਖਿਆ ਜਾਂਦਾ ਹੈ। ਹਾਂਜੀ ਪੂਰਬ ਵੱਲ ਦੇ ਦਿਸ਼ਾਂਤਰਾ ਨਾਲ ਕੀ ਲਿਖਾਂਗੇ? ਪੂਰਬ ਦਿਸ਼ਾਂਤਰ ਜਾਂ ਇੰਗਲਿਸ਼ ਦੇ ਵਿੱਚ ਅਸੀਂ E ਲਿਖ ਦਾਂਗੇ। ਠੀਕ? East ਪ੍ਰਸ਼ਨ ਨੰਬਰ 10 ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ ਹਾਂਜੀ ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੋਏਗਾ ਵੀ ਭੂਮਦ ਰੇਖਾ ਠੀਕ ਹੈ ਮੰਨ ਲਓ ਆ ਸਾਡੀ ਧਰਤੀ ਹੈਗੀ ਤਾਂ ਇਹਦੇ ਵਿੱਚ ਜਿਹੜੀ ਭੂਮਦ ਰੇਖਾ ਹੈਗੀ ਵਿਚਕਾਰ ਤੋਂ 0 ਡਿਗਰੀ ਤੇ ਉਹ ਸਭ ਤੋਂ ਵੱਡਾ ਚੱਕਰ ਹੁੰਦੀ ਹੈ ਠੀਕ ਪ੍ਰਸ਼ਨ ਨੰਬਰ 11 ਸਾਡੀ ਧਰਤੀ ਦਾ ਆਕਾਰ ਬਹੁਤ ਵੱਡੇ ਗੋਲੇ ਵਾਂਗ ਹੈ ਅਸੀਂ ਪੂਰੀ ਧਰਤੀ ਨੂੰ ਇੱਕੋ ਸਮੇਂ ਨਹੀਂ ਦੇਖ ਸਕਦੇ ਇਸ ਲਈ ਧਰਤੀ ਨੂੰ ਪੂਰਾ ਦੇਖਣ ਅਤੇ ਪਰਖਣ ਦੀ ਇਸ ਦਾ ਇੱਕ ਮਾਡਲ ਬਣਾਇਆ ਗਿਆ ਹੈ ਇਸ ਮਾਡਲ ਨੂੰ ਅਸੀਂ ਕੀ ਕਹਿੰਦੇ ਹਾਂਗੇ ਗਲੋਬ ਠੀਕ ਹੈ ਧਰਤੀ ਦੇ ਮਾਡਲ ਨੂੰ ਗਲੋਬ ਕਹਿੰਦੇ ਆ ਕਿ ਤੇ ਕਿੰਨੇ ਪਾਸੇ ਹੁੰਦਾ ਹੈਗਾ ਇਹ ਤਰੇਹ ਪਾਸੇ ਹੁੰਦਾ ਹੈ 3 ਡਾਈਮੈਂਸ਼ਨਲ ਪ੍ਰਸ਼ਨ ਨੰਬਰ 12 ਵਿਗਿਆਨੀਆਂ ਨੇ ਗਲੋਬ ਤੇ ਧਰਤੀ ਦਾ ਅਧਿਐਨ ਕਰਨ ਲਈ ਪੂਰਬ ਪੱਛਮ ਦਿਸ਼ਾ ਦੇ ਵਿੱਚ ਕਲਪਿਤ ਰੇਖਾਵਾਂ ਖਿੱਚੀਆਂ ਠੀਕ ਹੈ ਪੂਰਬ ਤੋਂ ਪੱਛਮ ਦੇ ਵਿੱਚ ਗਰੀ ਨਹੀਂ ਸਮਾਨਾਂਤਰ ਰੇਖਾਂ ਚੱਲਦੀਆਂ ਨੇ ਭੂਮੰਧ ਰੇਖਾ ਦੇ ਯਾਨੀ ਕਿ ਅਕਸ਼ਾਂਚ ਰੇਖਾਵਾਂ ਇਹ ਸਾਰੀਆਂ ਰੇਖਾਵਾਂ ਗੋਲਾਕਾਰ ਰੂਪ ਵਿੱਚ ਹਨ ਇਨਾਂ ਨੂੰ ਅਕਸ਼ਾਂਸ਼ ਜਾਂ ਵਿਤਕਾਰ ਰੇਖਾਵਾਂ ਕਹਿੰਦੇ ਆ ਕਿ ਇਹ ਕਿਹੜੀ ਰੇਖਾ ਦੇ ਸਮਾਨਾਂਤਰ ਚਲਦੀਆਂ ਨੇ ਵੀ ਭੂਮਧ ਰੇਖਾ ਦੀ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੀਆਂ ਅਕਸ਼ਾਂਸ਼ ਰੇਖਾਵਾਂ ਨੇ ਉਹ ਭੂਮਧ ਰੇਖਾ ਦੇ ਸਮਾਨਾਂਤਰ ਚਲਦੀਆਂ ਨੇ ਸਮਾਨਾਂਤਰ ਰੇਖਾਵਾਂ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਦੇ ਵੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਨਹੀਂ ਕੱਟਦੀਆਂ ਪ੍ਰਸ਼ਨ ਨੰਬਰ 13 ਦਿਸ਼ਾਂਤਰਾਂ ਦੀ ਮਦਦ ਨਾਲ ਅਸੀਂ ਕਿਸੇ ਸਥਾਨ ਦਾ ਸਥਾਨਕ ਸਮਾਂ ਕੱਢ ਸਕਦੇ ਹਾਂ ਗ੍ਰੀਨਿਚ ਦੇ ਪੂਰਬ ਵਿੱਚ ਸਥਿਤ ਦੇਸ਼ਾਂ ਦਾ ਸਮਾਂ ਹਰ ਇੱਕ ਡਿਗਰੀ ਦਿਸ਼ਾਂਤਰ ਦੇ ਹਿਸਾਬ ਨਾਲ ਕਿੰਨੇ ਮਿੰਟ ਅੱਗੇ ਹੁੰਦਾ ਹੈਗਾ 4 ਮਿੰਟ ਪ੍ਰਸ਼ਨ ਨੰਬਰ 14 ਸਾਰੇ ਦੇਸ਼ ਆਪਣੇ ਕਿਸੇ ਦਿਸ਼ਾਂਤਰ ਐਨ ਉੱਤੇ ਦੁਪਹਿਰ ਵੇਲੇ ਸੂਰਜ ਦੀ ਹੋਂਦ ਨੂੰ ਮਿੱਥ ਕੇ ਆਪਣਾ ਸਮਾਂ ਉਵੇਂ ਹੀ ਮਿੱਥ ਲੈਂਦੇ ਹਨ ਭਾਰਤ ਦਾ ਸਥਾਨਕ ਸਮਾਂ 82 ਡਿਗਰੀ ਪੂਰਬ ਦਿਸ਼ਾਂਤਰ ਮੁਤਾਬਕ ਹੈ ਜੋ ਕਿ ਮੁੱਖ ਮਾਧਿਮਾਨ ਤੋਂ ਅੱਗੇ ਹੈ ਇਹ ਕਿੰਨੇ ਘੰਟੇ ਅੱਗੇ ਹੈ ਹਾਂਜੀ ਜਿਹੜਾ ਭਾਰਤੀ ਸਮਾਂ ਗਾ ਗ੍ਰੀਨਿਚ ਮੇਰੀਡੀਅਨ ਟਾਈਮ ਤੋਂ 5.5 ਘੰਟੇ ਅੱਗੇ ਹੈਗਾ 5 ਘੰਟੇ 30 ਮਿੰਟ ਸਾਰੀ ਧਰਤੀ ਉੱਤੇ ਕੁੱਲ 360 ਦਿਸ਼ਾਂਤਰ ਹੁੰਦੇ ਹਨ 180 ਦਿਸ਼ਾਂਤਰ ਮੁੱਖ ਮਾਧਿਮਾਨ ਰੇਖਾ ਦੇ ਪੂਰਬ ਦੇ ਵੱਲ 180 ਦਿਸ਼ਾਂਤਰ ਪੱਛਮ ਦਿਸ਼ਾ ਦੇ ਵਿੱਚ ਵੱਖੋ ਵੱਖ ਖਿੱਚੇ ਗਏ ਹਨ ਇਨ੍ਹਾਂ ਵਿੱਚੋਂ ਸਾਂਝਾ ਦਿਸ਼ਾਂਤਰ ਕਿਹੜਾ ਹੁੰਦਾ ਹੈ ਜਿਸ ਦੇ ਨਾਲ ਪੂਰਬ ਜਾਂ ਪੱਛਮ ਨਹੀਂ ਲਿਖਿਆ ਜਾਂਦਾ ਦੇਖੋ ਇਹਨੂੰ ਥੋੜਾ ਜਿਹਾ ਸਮਝ ਲਿਓ ਬਿਲਕੁਲ ਸੌਖਾ ਹੈ ਦੇਖੋ ਇਹ ਉਤਰੀ ਤਨ ਦਸੇ ਦਿਸ਼ਾਂਤਰ ਜਿਹੜੇ ਇਸ ਤਰੀਕੇ ਦੇ ਬਣਦੇ ਹੈਗੇ ਠੀਕ ਹੈ ਹੁਣ ਦੇਖੋ ਜਿਹੜੇ ਮੈਂ ਕਲਰ ਚੇਂਜ ਕਰ ਲਿਆ ਕਿਉਂ ਨੇ ਪੀਸਟ ਵਾਲੀ ਸਾਈਡ ਤੇ ਇਹਨੂੰ ਨਹੀਂ ਬੋਲਦੇ ਸੀ ਪੂਰਵੀ ਦਿਸ਼ਾਂਤਰ ਠੀਕ ਹੈ ਜਿਹੜੀ ਵੈਸਟ ਵਾਲੀ ਸਾਈਡ ਤੇ ਸਾਡੇ ਕੋਲ ਪਛਮੀ ਦਿਸ਼ਾਂਤਰ ਹੋ ਗਏ ਤਾਂ 180 ਠੀਕ 180 ਏ ਸਾਈਡ ਤੇ ਹੈਗੇ 180 ਸਾਡੇ ਕੋਲ ਏ ਸਾਈਡ ਤੇ ਹੈਗੇ ਠੀਕ ਤਾਂ ਹੁਣ ਜਿਹੜਾ 0 ਡਿਗਰੀ ਦਿਸ਼ਾਂਤਰ ਹੈਗਾ ਉਹ ਇਹਨਾਂ ਦਾ ਸਾਂਝਾ ਦਿਸ਼ਾਂਤਰ ਹੁੰਦਾ ਹੈਗਾ ਠੀਕ ਹੈ 0 ਡਿਗਰੀ ਯਾਨੀ ਕਿ 360 ਅ ਦਿਸ਼ਾਂਤਰ ਹੁੰਦੇ ਹੈਗੇ ਠੀਕ ਹੈ 0 ਡਿਗਰੀ ਹੈ ਦਿਸ਼ਾਂਤਰ ਹੈਗਾ ਉਹ ਸਾਂਝਾ ਹੈਗਾ ਪ੍ਰਸ਼ਨ ਨੰਬਰ 16 ਅਕਸ਼ਾਂਸ਼ ਧਰਤੀ ਨੂੰ ਵੱਖ-ਵੱਖ ਤਾਪਖੰਡਾਂ ਵਿੱਚ ਵੰਡਦੇ ਹਨ ਤਾਪਖੰਡ ਵੰਨਣ ਦਾ ਦੂਸਰਾ ਕਾਰਨ ਧਰਤੀ ਦਾ ਗੋਲਾਕਾਰ ਆਕਾਰ ਹੈ ਧਰਤੀ ਦਾ ਮੱਧ ਵਿੱਚੋਂ ਉੱਭਰਿਆ ਹੋਇਆ ਭਾਗ ਵੱਧ ਤੋਂ ਵੱਧ ਸੂਰਜੀ ਤਾਪ ਪ੍ਰਾਪਤ ਕਰਦਾ ਹੈ ਜਿਉਂ-ਜਿਉਂ ਅਸੀਂ ਧਰੂਵਾਂ ਵੱਲ ਨੂੰ ਜਾਂਦੇ ਹਾਂ ਤਾਂ ਸੂਰਜੀ ਤਾਪ ਦੀ ਤੀਖਣਤਾ ਕਿਸ ਪ੍ਰਕਾਰ ਦੀ ਹੁੰਦੀ ਹੈ ਹਾਂਜੀ ਜਿਵੇਂ ਅਸੀਂ ਭੂਮੰਦਰੇਖਾ ਤੋਂ ਧਰੂਵਾਂ ਵੱਲ ਨੂੰ ਜਾਵਾਂਗੇ ਤਾਂ ਤਾਪਮਾਨ ਕੀ ਹੋਏਗਾ ਘਟ ਹੋਏਗਾ ਠੀਕ ਤੁਰੋਂ ਬਾਤੋਂ ਭੂਮੰਦਵਲ ਰੇਖਾਂ ਨੂੰ ਆਵਾਂਗੇ ਫਿਰ ਤਾਪਮਨ ਵੱਧ ਹੋਏਗਾ ਪ੍ਰਸ਼ਨ ਨੰਬਰ 17 ਇਹ ਤਾਪਖੰਡ ਪੱਟੀ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਤੇ ਆਰਕਟਿਕ ਚੱਕਰ ਵਿੱਚ ਅਤੇ ਦੱਖਣੀ ਅਰਧ ਗੋਲੇ ਵਿੱਚ ਮਕਰ ਰੇਖਾ ਤੇ ਅੰਟਾਰਕਟਿਕ ਚੱਕਰ ਵਿੱਚ ਹੁੰਦੀ ਹੈ ਇਸ ਦਾ ਨਾਮ ਦੱਸੋ ਠੀਕ ਹੈ ਤਾਪਖੰਡ ਬਣੇ ਹੋਏਗੇ ਧਰਤੀ ਦੇ ਉੱਪਰ ਠੀਕ ਹੈ 0 ਡਿਗਰੀ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਇਤੋਂ ਤਾਪ ਖੰਡ ਬਣਿਆ ਹੈਗੇ ਸਾਡੇ 23 ਡਿਗਰੀ ਫਿਰ ਸਾਡੇ 64 ਡਿਗਰੀ ਤਾਂ ਆਹ ਵਾਲਾ ਜਿਹੜਾ ਤਾਪ ਖੰਡ ਹੈਗਾ ਠੀਕ ਇਹਨੂੰ ਅਸੀਂ ਬੋਲਦੇ ਹਾਂਗੇ ਊਸ਼ਣ ਖੰਡ ਠੀਕ ਹੈ ਇਹ ਸਤਾਪ ਖੰਡ ਨੂੰ ਊਸ਼ਣ ਖੰਡ 0 ਡਿਗਰੀ ਤੋਂ ਕਰ ਕਰੇਗਾ ਸਾਡੇ 23 ਡਿਗਰੀ ਤੇ 0 ਡਿਗਰੀ ਤੋਂ ਮਕਰ ਰੇਗਾ ਸਾਡੇ 23 ਡਿਗਰੀ ਇਸ ਤੋਂ ਬਾਅਦ ਜਿਹੜਾ 23° ਤੋਂ 66° ਤੱਕ ਆਹ ਵਾਲਾ ਖੇਤਰ ਬਣਦਾਗਾ ਦੋਨੇ ਸਾਈਡ ਤੇ ਇਹਨੂੰ ਅਸੀਂ ਬੋਲਦੇ ਆਂਗੇ ਉਪਉਸ਼ਣ ਖੰਡ ਠੀਕ ਨੈਕਸਟ ਹੈ ਜਿਹੜਾ ਆ ਸਾਡੇ ਕੋਲ نیچے ਵੱਜ ਗਿਆ ਇਹਨੂੰ ਅਸੀਂ ਬੋਲਦੇ ਆਂ ਸ਼ੀਤ ਉਸ਼ਣ ਖੰਡ ਤਾਂ ਹੁਣ ਇਹਨਾਂ ਨੇ ਸਾਨੂੰ ਪੁੱਛਿਆਗਾ ਕਹਿੰਦਾ ਕਰਕ ਰੇਖਾ ਤੇ ਆਰਕਟਿਕ ਚੱਕਰ ਯਾਨੀ ਕਿ ਜਿਸ ਖਲੋ ਚੇਂਜ ਕਰ ਲਈਏ ਆਹ ਵਾਲਾ ਜਿਹੜਾ ਖੇਤਰ ਹੈਗਾ ਠੀਕ ਆਹ ਵਾਲਾ ਇਦਰੋਂ ਇਹਨਾਂ ਨੇ ਪੁੱਛਿਆਗਾ ਆਹ ਵਾਲਾ ਖੇਤਰ ਇਸ ਨੂੰ ਅਸੀਂ ਕੀ ਕਹਿੰਦੇ ਹਾਂਗੇ ਇਸ ਨੂੰ ਅਸੀਂ ਕਹਿੰਦੇ ਹਾਂਗੇ ਉਪਉਸ਼ਣ ਖੰਡ ਪ੍ਰਸ਼ਨ ਨੰਬਰ 18 ਨਕਸ਼ਿਆਂ ਤੇ ਗਲੋਬ ਉੱਤੇ ਅਕਸ਼ਾਂਸ਼ਾਂ ਤੇ ਦਿਸ਼ਾਂਤਾਂ ਦਾ ਜਾਲ ਬਣਿਆ ਹੁੰਦਾ ਹੈ ਜੋ ਕਿ ਕਿਸੇ ਸਥਾਨ ਨੂੰ ਆਸਾਨੀ ਨਾਲ ਲੱਭਣ ਵਿੱਚ ਮਦਦ ਕਰਦਾ ਹੈ ਇਸ ਜਾਲ ਨੂੰ ਕੀ ਕਹਿੰਦੇ ਆ ਮੈਂ ਤੁਹਾਨੂੰ ਦੱਸ ਗਿਆ ਸੀ ਉਪਰ ਇਹਨੂੰ ਕੀ ਕਹਿੰਦੇ ਵੀ ਗ੍ਰਿਡ ਠੀਕ ਇਸ ਨੂੰ ਕੀ ਕਹਿੰਦੇ ਅਸੀਂ ਗ੍ਰਿਡ ਪ੍ਰਸ਼ਨ ਨੰਬਰ 19 ਕਰਕ ਰੇਖਾ ਤੇ ਮਕਰ ਰੇਖਾ ਗਲੋਬ ਦੇ ਦੋ ਪ੍ਰਮੁੱਖ ਵਿਧਕਾਰ ਹਨ ਕਰਕ ਰੇਖਾ ਉੱਤਰੀ ਅਰਧ ਗੋਲੇ ਅਤੇ ਮਕਰ ਰੇਖਾ ਦੱਖਣੀ ਅਰਧ ਗੋਲੇ ਵਿੱਚ ਹੈ ਇਹਨਾਂ ਵਿੱਚੋਂ ਕਿਹੜੀ ਰੇਖਾ ਭਾਰਤ ਦੇ ਲਗਭਗ ਮੱਧ ਵਿੱਚੋਂ ਲੰਘਦੀ ਹੈ ਜਿਹਨੋਂ ਵਿੱਚੋਂ ਕਿਹੜੀ ਰੇਖਾ ਲੰਘਦੀ ਹੈ ਵੀ ਕਰਕ ਰੇਖਾ ਕਰਕ ਰੇਖਾ ਭਾਰਤ ਦੇ ਬਿਲਕੁਲ ਮੱਧ ਵਿੱਚੋਂ ਲੰਘਦੀ ਹੈ ਤੇ ਇਹ ਭਾਰਤ ਦੇ 8 ਰਾਜਾਂ ਦੇ ਵਿੱਚੋਂ ਹੁੰਦੀ ਹੈ 23 ਡਿਗਰੀ ਉੱਤਰ ਦੇ ਵਿੱਚੋਂ ਠੀਕ ਤਾਂ ਇਹ ਆਪਣਾ ਟੌਪਿਕ ਸੀ ਇਹਦੇ ਵਿੱਚ ਅਸੀਂ ਜਿਹੜਾ ਤੁਹਾਡਾ ਫਸਟ ਟੌਪਿਕ ਸੀ ਐਲੋਵੇਸ 6ਵੀਂ ਸਿਕਸਥ ਕਲਾਸ ਦੇ ਐਲੋਵੇਸ ਤੋਂ ਉਹ ਪਹ ਹੱਲ ਕੀਤਾ ਹੈਗਾ 19 ਪ੍ਰਸ਼ਨ ਸੀ ਇਹਦੇ ਵਿੱਚ ਨੈਕਸਟ ਜਿਹੜਾ ਟਾਪਿਕ ਹੈ ਉਹ ਅਪਰ ਨੈਕਸਟ ਵੀਡੀਓਜ਼ ਦੇ ਵਿੱਚ ਹੱਲ ਕਰਾਂਗੇ ਠੀਕ ਹੈ ਨਹੀਂ ਤਾਂ ਸਾਡੀ ਇਹ ਵੀਡੀਓ ਕਾਫੀ ਲੰਬੀ ਹੋ ਜਾਏਗੀ ਕਹਤਾ ਉਸ ਤੋਂ ਬਾਅਦ ਤੁਸੀਂ ਉਹ ਪਾਰਟ ਵੀ ਜ਼ਰੂਰ ਦੇਖਣਾ ਨਹੀਂ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ